ਟਾਏ ਵਿਆਜ 'ਤੇ ਵਿਆਜ ਚੜ੍ਹ ਹੀ ਗਿਆ ਸਾਨੂੰ, ਅਤੇ ਇਸੇ ਵਜ੍ਹਾ ਕਾਰਨ ਇਸੇ ਪਰੇਸ਼ਾਨੀ ਕਰਕੇ ਸਾਡੇ ਡੈਡੀ ਨੇ ਖੁਦਕੁਸ਼ੀ ਕਰ ਲਈ। 2,95,000 ਦੇਣ ਤੋਂ ਬਾਅਦ ਫਿਰ ਪੈਸੇ ਚੜ੍ਹਾਏ? ਫਿਰ ਪੈਸੇ ਵਿਆਜ 'ਤੇ ਵਿਆਜ ਪਾਈ ਜਾਂਦਾ ਸੀ। ਇਹ ਚੈੱਕ ਜੀ ਸਾਡੇ ਭਰਾ ਤੋਂ ਇਹਨਾਂ ਚੈੱਕ 'ਤੇ ਸਾਈਨ ਕਰਵਾਏ ਆ, ਜ਼ਬਰਦਸਤੀ ਧਮਕੀਆਂ ਦਿੰਦਾ ਸੀ, ਧਮਕੀਆਂ ਦੇ ਕੇ ਇਹਨੇ ਸਾਈਨ ਕਰਵਾ ਲਏ ਆ, ਅਤੇ 3,50,000 ਰੁਪਇਆ ਮੰਗਦਾ ਹੈ ਸਾਡੇ ਕੋਲ। ਚੈੱਕ ਚਲਾਤਾ? ਹਾਂਜੀ। ਪਹਿਲੇ ਜ਼ਮੀਨ ਦੇ ਕਾਗਜ਼ ਵੀ ਕੁਝ ਦਿੱਤੇ? ਹਾਂਜੀ। ਕਿੰਨੀ ਜ਼ਮੀਨ ਸੀ ਤੁਹਾਡੀ? ਜ਼ਮੀਨ 'ਚ ਸਾਡੀ 2 ਕਿੱਲੇ ਸੀ। ਉਹਦੇ ਕਾਗਜ਼ਾਂ ਦਿੱਤੇ? ਅਤੇ ਉਹਦੇ ਕਾਗਜ਼ ਇਹਨੇ ਦਿੱਤੇ ਸੀ, ਲੇਕਿਨ ਉਹ ਕਾਗਜ਼ ਇਹਨੇ ਵਾਪਸ ਨਹੀਂ ਕੀਤੇ ਸੀ। ਪਹਿਲਾਂ ਵੀ ਕਦੀ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ? ਪਹਿਲਾਂ ਉਹਨਾਂ ਨੇ ਜੀ 3-4 ਵਾਰ ਉਹਨਾਂ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਆ, ਲੇਕਿਨ ਅਸੀਂ ਬਚਾ ਲਿਆ ਸੀ। ਪਰ ਹੁਣ ਸਾਨੂੰ ਪਤਾ ਨਹੀਂ ਲੱਗਿਆ ਕਿਹੜੇ ਵਾਲੇ ਉਹਨਾਂ ਨੇ ਕਰ ਲਈ ਆ, ਸਾਨੂੰ ਉਦੋਂ ਪਤਾ ਲੱਗਿਆ ਜਦੋਂ ਆਤਮ ਹੱਤਿਆ ਕਰ ਚੁੱਕੇ ਆ। ਪੁਲਿਸ ਨੂੰ ਕੰਪਲੇਂਟ ਦਿੱਤੀ ਸੀ ਵੀ ਤੰਗ ਪਰਸੈਂਟ ਕਰਦੇ? ਹਾਂਜੀ, ਪਹਿਲਾਂ ਕੰਪਲੇਂਟ ਦਿੱਤੀ ਸੀ, ਲੇਕਿਨ ਕੋਈ ਕਾਰਵਾਈ ਨਹੀਂ ਕੀਤੀ ਗਈ। ਹੁਣ FIR ਦਰਜ ਹੋ ਗਈ? ਹਾਂਜੀ, ਹੁਣ। ਸਰ, ਕੀ ਮਸਲਾ ਜਿਹੜਾ ਕਿਸਾਨ ਨੇ ਆਤਮ ਹੱਤਿਆ ਕੀਤੀ? ਕਿਸਾਨ ਦਾ ਤਾਂ 38 ਦਾ ਕੋਈ ਲੈਣ ਦੇਣ ਦਾ ਪੈਸਾ ਤਾਂ ਹੈਗਾ ਸੀਗਾ। ਉਹਦੇ ਬੇਟੇ ਨੇ ਦੱਸਿਆ ਵੀ ਪੈਸੇ ਅਸੀਂ ਮੋੜਤੇ, ਫਿਰ ਵੀ ਉਹਨੇ ਜਿਹੜਾ ਚੈੱਕ ਲਾਤਾ ਸੀਗਾ ਉਹਦੇ ਸਦਮੇ ਕਰਕੇ ਉਹ ਜਿਹੜੇ ਉਹਨੇ ਮਤਲਬ ਉਹਦੀ ਡੈਥ ਹੋ ਗਈ ਸਦਮੇ ਕਰਕੇ। ਕਿਸਾਨ ਦਾ ਕੀ ਨਾਮ ਆ ਅਤੇ ਆਰਟੀਓ? ਕਿਸਾਨ ਦਾ ਨਾਂ ਹੈਗਾ ਪਰਮਜੀਤ ਸਿੰਘ ਚਾਟੀ ਪਿੰਡ ਦਾ ਹੈ, ਅਤੇ ਆੜਤੀ ਦਰਸ਼ਨ ਸਿੰਘ ਹੈ, ਉਹਦਾ ਪਿੰਡ ਕੋਈ ਉਹਦੇ ਪੱਟੀ ਦੇ ਸ਼ਹਿਰ ਦੇ ਲੱਗ ਗਿਆ ਮੰਡਿਆਲਾ ਪਿੰਡ ਇੱਦਾਂ ਕੋਈ। ਅਤੇ ਕੀ ਪੈਸੇ ਦਾ ਕਿੰਨਾ ਕੁ ਲੈਣ ਦਿੰਦੇ ਸਰ? ਇਹਨਾਂ ਦਾ ਹੈਗਾ 3-3 ਲੱਖ ਹੈਗਾ। ਸੁਸਾਈਡ ਨੋਟ ਲੈ ਕੇ ਗਿਆ ਕਿਸਾਨ ਕੋਈ? ਸੁਸਾਈਡ ਨੋਟ ਬਾਰੇ ਦੇਖਦਾ, ਕਾਰਵਾਈ ਚੱਲ ਰਹੀ ਹੈ। ਉਹਨਾਂ ਵਿਰੁੱਧ ਕਾਰਵਾਈ ਕਰਤੀ। ਹਾਂਜੀ, ਕੀ ਨਾਮ ਤੁਹਾਡਾ? ਕੁਲਵੰਤ ਸਿੰਘ। ਕੁਲਵੰਤ ਜੀ, ਕੀ ਲੱਗਦੇ ਜੀ ਪਰਮਜੀਤ? ਮੈਂ ਚਾਚੇ ਦਾ ਪੁੱਤ ਭਰਾ ਹੋਇਆ। ਕੀ ਹੋਇਆ ਕੀ ਸਰ? ਹੋਇਆ ਇਹੋ ਗੱਲ ਹੀ ਵੀ ਜਿਹੜਾ ਕਰਜ਼ਾ ਚੜ੍ਹਿਆ ਚੜ੍ਹਦਾ ਜਾਂਦਾ ਸੀ ਅਤੇ ਉਹ ਤੰਗ ਸੀ, ਅਤੇ ਤੰਗ ਹੋਣ ਦੇ ਨਾਤੇ ਉਹ ਇਹੋ ਗੱਲ ਕਹਿੰਦਾ ਸੀ ਮੈਂ ਆਤਮ ਹੱਤਿਆ ਕਰ ਲੈਣੀ, ਸਾਡੇ ਘਰ ਦਾ ਬੁਰਾ ਹਾਲ ਆ, ਘਰ ਦੀਆਂ ਛੱਤਾਂ ਡਿੱਗ ਪਈਆਂ, ਗਰੀਬੀ ਆ ਗਈ, ਬਹੁਤ ਬੁਰਾ ਹਾਲ ਆ, ਬੜੀ ਮੁਸ਼ਕਿਲ ਨਾਲ ਗੁਜ਼ਾਰਾ ਹੁੰਦਾ, ਸਾਰਾ ਕੰਮ ਵਿਗੜ ਗਿਆ ਅਤੇ ਮੇਰੇ ਜੀਣ ਦਾ ਕੋਈ ਹੱਜ ਨਹੀਂ, ਮੈਂ ਜਿੰਦਾ ਨਹੀਂ ਰਹਿਣਾ ਹੁਣ। ਪਹਿਲੇ ਕਿੰਨੀ ਵਾਰੀ ਕੋਸ਼ਿਸ਼ ਕੀਤੀ? ਪਹਿਲਾਂ ਵੀ ਕੋਈ ਕੀਤੀ ਹੈ ਉੱਥੇ ਵਾਰੀ, ਅਤੇ ਫਿਰ ਆਖਰੀ ਇਹਨੂੰ ਇਹ ਕੰਮ ਕਰ ਲਿਆ। ਪੁਲਿਸ ਵੱਲੋਂ ਪੁਲਿਸ ਨੂੰ ਕੰਪਲੇਂਟ ਦਿੱਤੀ ਕਿਸ ਪਹਿਲਾਂ? ਪੁਲਿਸ ਨੂੰ ਵੀ ਦੱਸਿਆ ਗਿਆ ਸੀ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਕਰਕੇ ਮਾਹੌਲ ਖਰਾਬ ਸੀ, ਉਹਦੇ ਕੋਲ ਬਰਦਾਸ਼ਤ ਨਹੀਂ ਕੀਤਾ ਗਿਆ, ਉਹਨੇ ਫਿਰ ਆਪਣਾ ਆਪ ਹੀ ਗਾ ਲਿਆ, ਬੁਰਾ ਹਾਲ ਹੈ।